ਤੇ ਬਾਈ ਜਿਵੇਂ ਆਹਾ ਸਟੀਅਰਿੰਗ ਵੀਲ ਆ ਨਾ, ਸਟੀਅਰਿੰਗ ਵੀਲ ਆ ਵੀਰੇ, ਸਪੋਰਟਸ ਗੱਡੀਆਂ ਦੇ ਹੁੰਦੇ ਆ ਜੀ, ਇਹ ਆਪਣੇ ਕੋਲੇ ਕਿਹੜੀ ਆਈਟਮ ਹੈ ਤੇ ਇਹਦਾ ਕੀ ਪ੍ਰਾਈਸ ਰਹਿੰਦਾ? ਸਟੀਅਰਿੰਗ ਵੀਲ ਵੀਰੇ ਜਿਵੇਂ ਮਰੂਤੀ ਅਲਟੋ ਛੋਟੀਆਂ ਗੱਡੀਆਂ ਵਾਸਤੇ ਹੈ, ਜਿਹੜੀ ਮਰਜ਼ੀ ਦੇ ਲਾ ਲਓ, 1300 ਰੁਪਏ ਦਾ ਪੀਸ ਹੈ, 1300 ਦਾ ਪੀਸ ਹੈ, ਕਿਸੇ ਮਰਜ਼ੀ ਗੱਡੀ ਦੇ ਲੱਗ ਜਾਊਗਾ। ਹਾਂ, ਪੀਸਾ ਦੀ ਗ੍ਰਿਲ ਹੈ, ਇਹ ਰੇਂਜ ਰੋਵਰ ਟਾਈਪ ਗ੍ਰਿਲ ਹੈ, ਰੇਂਜ ਰੋਵਰ ਟਾਈਪ, ਹਾਂ ਠੀਕ ਹੈ, ਇਹ 1300 ਦਾ ਪੀਸ ਹੈ, 1300 ਦਾ ਇਹ ਪੀਸ ਹੈ ਗੱਡੀ ਦੀਆਂ। ਇਹ ਫੋਰਚੂਨਰ ਦੀ ਹੈੱਡਲਾਈਟ ਹੈ, ਫੋਰਚੂਨਰ ਦੀ ਹੈੱਡਲਾਈਟ ਆ, ਹਾਂਜੀ ਹਾਂਜੀ। ਤੇ ਇਹਨਾਂ ਦਾ ਕੀ ਪ੍ਰਾਈਸ ਰਹਿੰਦਾ ਆਪਣੇ ਕੋਲੇ ਵੀਰੇ? ਇਹ ਪ੍ਰਾਈਸ ਜੇ ਤੁਸੀਂ ਕੰਪਨੀ ਚ ਲੈਣ ਜਾਓਗੇ 60-70 ਹਜ਼ਾਰ ਰੁਪਏ ਦੀ ਇੱਕ ਹੈੱਡਲਾਈਟ ਹੈ। ਆਹ 60-70 ਹਜ਼ਾਰ ਦੀ ਇੱਕ ਹੈੱਡਲਾਈਟ ਹੈ, ਕਿਉਂਕਿ ਇਹ ਪ੍ਰੋਜੈਕਟਰ ਵਾਲੀ ਹੈੱਡਲਾਈਟ ਹੈ। ਪ੍ਰੋਜੈਕਟਰ ਆ ਰਿਹਾ, ਠੀਕ ਹੈ ਠੀਕ ਹੈ। ਇਹ ਤੁਹਾਨੂੰ ਆਪਾਂ ਬਹੁਤ ਜਾਇਜ਼ ਰੇਟ ਦੇ ਦੇਵਾਂਗੇ, 5500 ਰੁਪਏ ਦਾ ਪੀਸ ਦੇ। ਜਿਵੇਂ ਸ਼ੈਵਰਲੈਟ ਦੀ ਸਪਾਰਕ ਗੱਡੀ ਹੈ, ਇਹ ਉਹਦੀ ਹੈੱਡਲਾਈਟ ਹੈ, ਸ਼ੈਵਰਲੈਟ ਦੀ ਜੈਨੂਇਨ ਪੀਸ ਹੈ, ਠੀਕ ਹੈ। ਇਹ ਵੈਸੇ ਐਜ਼ ਆ ਸੈਂਪਲ ਦਿਖਾਤਾ ਵੀ ਸ਼ੈਵਰਲੈਟ ਦਾ ਕੋਈ ਕਹਿ ਦਿੰਦਾ ਵੀ ਸਪਾਨ ਨਹੀਂ ਮਿਲਦਾ, ਸਾਰਾ ਸਮਾਨ ਮਿਲੂਗਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਵੀ ਮੇਨ ਗੱਲ ਇਹ ਹੈ ਵੀ ਜਿਹੜੀਆਂ ਗੱਡੀਆਂ ਇੰਡੀਆ 'ਚ ਉਵੇਂ ਬੰਦ ਹੋਈ ਜਾਂਦੀਆਂ, ਉਹਨਾਂ ਦਾ ਵੀ ਆਪਣੇ ਕੋਲ ਪਾਰਟਸ ਮਿਲ ਜਾਂਦੇ ਆ, ਹੈ ਨਾ? ਹਾਂ ਹਾਂ, ਠੀਕ ਹੈ। ਇਹਨਾਂ ਦਾ ਕੀ ਪ੍ਰਾਈਸ ਰਹਿੰਦਾ? ਇਹ ਲੈਟ ਵੀਰੇ ਮੰਨ ਕੇ ਚਲੋ 1300 ਦਾ ਪੀਸ ਹੀ ਹੈ, ਊਂ ਤਾਂ ਇਹ ਬਹੁਤ ਮਹਿੰਗਾ ਪੀਸ ਹੈ, 1300 ਦੀ ਹੈੱਡਲਾਈਟ ਹੈ। ਵੀਰ ਜੀ, ਜਿਹੜੇ ਆਪਣੇ ਪਹਿਲੇ 10 ਕਸਟਮਰ ਜਿਹੜੇ ਆਪਣੀ ਵੀਡੀਓ ਵੇਖ ਕੇ ਸਬਸਕ੍ਰਾਈਬ ਕਰਕੇ ਸ਼ੇਅਰ ਕਰਕੇ ਆਣਗੇ, ਠੀਕ ਹੈ, ਉਹਨਾਂ ਨੂੰ ਆਪਾਂ ਨੂੰ 10 ਕਸਟਮਰਾਂ ਨੂੰ ਫ੍ਰੀ ਗਿਫਟ ਦੇਵਾਂਗੇ, 5 ਕਸਟਮਰਾਂ ਨੂੰ ਸਟੀਅਰਿੰਗ ਕਵਰ ਦੇਵਾਂਗੇ, ਠੀਕ ਹੈ ਜੀ, ਤੇ 5 ਕਸਟਮਰਾਂ ਨੂੰ ਆ ਦੇਵਾਂਗੇ ਆਪਾਂ 5, ਠੀਕ ਹੈ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਅੱਜ ਆਪਾਂ ਖੜੇ ਹਾਂ ਜੀ ਬਾਂਸਲ ਮੋਟਰ ਸਟੋਰ ਜੈਤੋਂ ਦੇ ਵਿੱਚ। ਇਹ ਜਿਹੜੀ ਸ਼ੋਪ ਹੈ, ਇੱਥੋਂ ਸਾਰੀਆਂ ਆਪਾਂ ਨੂੰ ਕਾਰਾਂ ਦੇ ਪਾਰਟਸ ਮਿਲ ਜਾਣਗੇ, ਅਸੈਸਰੀ ਮਿਲ ਜੂਗੀ, ਉਹਨਾਂ ਦੀ ਸਪੇਅਰ ਪਾਰਟਸ ਮਿਲ ਜਾਣਗੇ, ਹੈ ਨਾ? ਤੇ ਇਹ ਬਾਈ ਜਿਨ੍ਹਾਂ ਦੀ ਸ਼ੋਪ ਆ, ਇਹਨਾਂ ਦਾ ਦਾਅਵਾ ਵੀ ਇਹਨਾਂ ਜਿਹੋ ਜਿਹੇ ਰੇਟ ਇਹਨਾਂ ਦੀ ਸ਼ੋਪ 'ਤੇ ਹੈ, ਨਾ ਤਾਂ ਉਹੋ ਜਿਹੇ ਰੇਟ ਆਪਾਂ ਨੂੰ ਕਿਤੋਂ ਮਿਲਣੇ ਆ, ਅਤੇ ਜਿਹੜੀਆਂ ਗੱਡੀਆਂ ਇੰਡੀਆ ਦੇ ਵਿੱਚ ਬੰਦ ਹੋ ਗਈਆਂ, ਹੈ ਨਾ, ਉਹਨਾਂ ਦੇ ਪਾਰਟਸ ਨਹੀਂ ਮਿਲਦੇ ਕਿਤੋਂ, ਉਹਨਾਂ ਦੇ ਪਾਰਟਸ ਵੀ ਇਸ ਸ਼ੋਪ ਦੇ ਉੱਤੋਂ ਮਿਲ ਜਾਣਗੇ, ਕੋਈ ਬਹੁਤ ਹੀ ਜਾਇਜ਼ ਰੇਟਾਂ ਦੇ ਵਿੱਚ। ਅਤੇ ਬਾਕੀ ਆਪਾਂ ਗੱਲਾਂ ਬਾਈ ਜੀ ਹੋਰਾਂ ਨਾਲ ਕਰਾਂਗੇ, ਉਹਨਾਂ ਤੋਂ ਪੁੱਛਾਂਗੇ ਵੀ ਕਿਹੜਾ ਕਿਹੜਾ ਸਮਾਨ ਇੱਥੋਂ ਮਿਲਦਾ, ਕੀ ਰੇਟ ਰਹਿੰਦਾ। ਬਾਕੀ ਤੁਸੀਂ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਵੀ ਇਹਨਾਂ ਦਾ ਰੇਟ ਤੁਹਾਨੂੰ ਕਿਵੇਂ ਲੱਗਿਆ, ਵਧੀਆ ਲੱਗਿਆ ਤਾਂ ਸ਼ੋਪ 'ਤੇ ਪਹੁੰਚਿਓ ਜ਼ਰੂਰ, ਇੱਕ ਵਾਰੀ ਆਇਓ ਜ਼ਰੂਰ। ਅਤੇ ਆਪਾਂ ਹੁਣ ਕਰਦੇ ਹਾਂ ਬਾਈ ਜੀ ਹੋਰਾਂ ਨਾਲ ਗੱਲਬਾਤ, ਉਹ ਆਪਾਂ ਨੂੰ ਦੱਸਣਗੇ ਵੀ ਇੱਥੋਂ ਕਿਹੜੀਆਂ ਕਿਹੜੀਆਂ ਕਾਰਾਂ ਦੇ ਪਾਰਟਸ ਮਿਲਦੇ ਆ ਅਤੇ ਕੀ ਉਹਨਾਂ ਦਾ ਰੇਟ ਰਹਿੰਦਾ। ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਅਤੇ ਜਿਵੇਂ ਆਪਾਂ ਇਹ ਸ਼ੋਪ ਦਾ ਦੱਸ ਕੇ ਹਟੇ ਹਾਂ ਨਾ, ਆਪਣੀ ਸ਼ੋਪ ਤੋਂ ਤੁਸੀਂ ਦੱਸਿਆ ਸੀ ਵੀ ਕਾਰ ਪਾਰਟਸ ਮਿਲਦੇ ਆ ਸਾਰੇ। ਹਾਂਜੀ ਵੀਰੇ, ਹਾਂਜੀ। ਅਤੇ ਆਪਣੀ ਲੋਕੇਸ਼ਨ ਕੀ ਆ ਵੀ, ਕਿੱਥੇ ਜੇ ਆਪਣੀ ਸ਼ੋਪ? ਵੀਰੇ ਜੈਤੋਂ ਦੇ ਵਿੱਚ ਕੋਟਕਪੂਰਾ ਰੋਡ 'ਤੇ। ਠੀਕ ਹੈ ਜੀ, ਮਿਹਨਤੀ ਆਪਣੀ ਸ਼ੋਪ ਹੈ। ਠੀਕ ਹੈ ਜੀ, ਹਾਂਜੀ ਹਾਂਜੀ, ਜੈਤੋਂ ਦੇ ਵਿੱਚ ਕੋਟਕਪੂਰਾ ਰੋਡ ਦੇ ਉੱਤੇ ਆਪਣੀ ਸ਼ੋਪ ਰਹਿ ਗਈ, ਹੈ ਨਾ? ਅਤੇ ਕੀ ਨਾਮ ਹੈ ਜੀ ਆਪਣੀ ਸ਼ੋਪ ਦਾ? ਬਾਂਸਲ ਮੋਟਰ ਸਟੋਰ ਹੈ ਵੀਰੇ। ਠੀਕ ਹੈ ਜੀ, ਅਤੇ ਆਪਣਾ ਨਾਮ ਵੀ ਦੱਸ ਦਿਓ ਜੀ। ਗਗਨ ਬਾਂਸਲ ਜੀ ਮੇਰਾ ਨਾਮ। ਠੀਕ ਹੈ ਜੀ, ਅਤੇ ਆਪਣੀ ਜਿਹੜੀ ਸ਼ੋਪ ਹੈ ਇਹਦੇ ਉੱਤੋਂ ਕੀ ਕੀ ਸਮਾਨ ਮਿਲ ਜਾਂਦਾ? ਤੁਸੀਂ ਦੱਸਿਆ ਸੀ ਵੀ ਕਾਰਾਂ ਦੇ ਪਾਰਟਸ ਮਿਲਦੇ ਆ, ਹੈ ਨਾ? ਹਾਂਜੀ ਹਾਂਜੀ। ਵੀ ਕਿਹੜੇ ਕਿਹੜੇ ਪਾਰਟਸ ਮਿਲ ਜਾਂਦੇ, ਕੀ ਉਹਨਾਂ ਦਾ ਪ੍ਰਾਈਸ ਰਹਿੰਦਾ, ਸਾਰੀਆਂ ਗੱਲਾਂ ਆਪਾਂ ਇਸ ਵੀਡੀਓ ਦੇ ਵਿੱਚ ਕਰਨੀਆਂ। ਵੀਰੇ ਹਰ ਇੱਕ ਗੱਡੀ ਦਾ ਥੱਲੇ ਤੋਂ ਲੈ ਕੇ ਉੱਤੋਂ ਤੱਕ ਦਾ ਵੀ ਤਕਰੀਬਨ ਸਾਰਾ ਪਾਰਟਸ ਅਵੇਲੇਬਲ ਦਿੰਨੇ ਵੀ ਆ, ਕਰਾ ਵੀ ਦਿੰਨੇ ਆ, ਕਈ ਨਾ ਵੀ ਹੋਵੇ ਵੀ ਤਕਰੀਬਨ ਜੋ ਵੀ ਗੱਡੀ ਅੱਜ ਦੀ ਗੱਡੀ ਚੱਲ ਰਹੀ ਹੈ, ਬਰੀਜ਼ਾ, ਕਰੇਟਾ, ਫੋਰਚੂਨਰ, ਥਾਰ, ਕੋਈ ਲਗਜ਼ਰੀ ਸੈਗਮੈਂਟ ਹੈ, ਤੁਹਾਡੀ ਗੱਡੀ ਲੱਗ ਗਈ ਕਰ ਗਈ, ਉਹਦਾ ਵੀ ਤੁਹਾਨੂੰ ਪਾਰਟਸ ਅਵੇਲੇਬਲ ਕਰਾਵਾਂਗੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਅਤੇ ਆਪਣੇ ਕੋਲ ਇਸ ਟਾਈਮ ਕਿਹੜੇ ਕਿਹੜੇ ਪਾਰਟਸ ਮੌਜੂਦ ਆ ਜਿਹੜੇ ਆਪਾਂ ਦਿਖਾਉਣੇ ਆ ਅੱਜ ਆਪਣੇ ਦਰਸ਼ਕਾਂ ਨੂੰ? ਹਾਂ, ਆਪਾਂ ਐਸ ਆ ਡਿਸਪਲੇ ਦਿਖਾ ਦਿੰਦੇ ਵੀਰੇ, ਦੇਖ ਲਓ ਜਿਵੇਂ। ਇਹ ਸਭ ਤੋਂ ਪਹਿਲਾਂ ਇਹ ਕੀ ਚੀਜ਼ ਆ ਗਈ ਆਪਣੀ? ਇਹ ਕਰੂਜ਼ ਗੱਡੀ ਦੇ ਜੈਨੂਇਨ ਰੇਨ ਗਾਰਡ ਹੈ ਜੀ, ਸ਼ੈਵਰਲੈਟ ਦੇ ਜੈਨੂਇਨ ਰੇਨ ਗਾਰਡ ਹੈ, ਕੰਪਨੀ ਦਾ ਮਾਲ ਆਇਆ ਸੀ ਕਰੂਜ਼ ਗੱਡੀ ਦੇ। ਹਾਂਜੀ ਹਾਂਜੀ, ਕਰੋਮ ਵਾਲੀ ਹੈ। ਠੀਕ ਹੈ, ਵੀ ਇਹ ਜਿਹੜੀਆਂ ਗੱਡੀਆਂ ਆਪਣੇ ਇੰਡੀਆ 'ਚ ਬੰਦ ਹੋ ਗਈਆਂ, ਹੈ ਨਾ, ਜਿਹਨਾਂ ਦੇ ਪਾਰਟਸ ਨਹੀਂ ਮਿਲਦੇ, ਉਹਨਾਂ ਦੇ ਵੀ ਆਪਣੇ ਕੋਲ ਪਾਰਟਸ ਮਿਲਦੇ। ਹਾਂਜੀ ਹਾਂਜੀ, ਦੂਜੀ ਗੱਲ ਜੈਨੂਇਨ ਹੈ ਪੀਸ, ਜੈਨੂਇਨ ਪੀਸ ਆ। ਤੇ ਇਹਦਾ ਪ੍ਰਾਈਸ ਕੀ ਰਹਿੰਦਾ ਆਪਣੇ ਕੋਲੇ? ਵੀਰੇ ਇਹ ਪ੍ਰਾਈਸ ਵੈਸੇ ਤਾਂ ਕੰਪਨੀ ਦਾ 5000 ਦਾ ਸੈਟ ਹੈ, 1500 ਸੈਟ ਦੇਵਾਂਗੇ। ਅੱਛਾ, ਉਵੇਂ 5000 ਦਾ ਤੇ ਆਪਣੇ ਕੋਲੇ 1500 ਸੈੱਟ ਮਿਲੂਗਾ, ਸੈੱਟ ਵੀ ਕਰਵਾ ਦਾਂਗੇ ਜੇ ਫਿਟਿੰਗ ਕਰਵਾਣੀ ਹੋਈ ਕਸਟਮਰ ਨੇ, ਜੇ ਕਿਸੇ ਨੇ ਕੋਰੀਅਰ ਵਗੈਰਾ ਕਰਾਣਾ ਹੋਇਆ ਉਹ ਵੀ ਹੋ ਜਾਊਗਾ। ਵੀ ਕਹਿਣ ਦਾ ਮਤਲਬ ਵੀ ਕਿਸੇ ਨੇ ਮੰਗਵਾਉਣਾ ਘਰੇ ਬੈਠੇ ਬੈਠੇ, ਹੈ ਨਾ, ਉਹ ਵੀ ਆ ਜਾਊਗਾ, ਤੇ ਬਾਕੀ ਆਪਾਂ ਇੱਥੇ ਫਿੱਟ ਵੀ ਕਰਾ ਦਿੰਨੇ ਆ। ਹਾਂਜੀ ਹਾਂਜੀ।
ਤੇ ਇਹਦੀ ਆਪਾਂ 1500 ਰੁਪਇਆ ਕੀਮਤ ਦੱਸੀ ਹੈ ਨਾ, ਕਰੂਜ਼ ਗੱਡੀ ਦੇ ਹੈਗੇ। ਹਾਂਜੀ ਹਾਂਜੀ ਠੀਕ ਹੈ ਜੀ। ਜਿਵੇਂ ਕਿਸੇ ਨੇ ਇੱਥੇ ਗੱਡੀ ਲੈ ਕੇ ਆ ਰਿਹਾ, ਇੱਥੇ ਫਿੱਟ ਕਰਾਣੇ, ਫਿਟਿੰਗ ਫ੍ਰੀ ਕਰਵਾ ਕੇ ਅਸੀਂ ਫਿੱਟ ਵੀ ਕਰਵਾ ਲਾਂਗੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਵੀ 1500 ਦੇ ਵਿੱਚ ਹੀ ਫਿਟਿੰਗ ਹੋ ਜਾਊਗੀ ਜੇ ਕੋਈ ਬੰਦਾ ਇੱਥੇ ਆਉਂਦਾ। ਹਾਂਜੀ ਹਾਂਜੀ, ਕਿਸੇ ਮਰਜ਼ੀ ਗੱਡੀ ਦੇ ਰੇਨ ਗਾਰਡ ਹੈ, ਅਸੀਂ ਮੌਕੇ ਤੇ ਫਿਟਿੰਗ ਫ੍ਰੀ ਕਰਾ ਦਿੰਦੇ ਹਾਂ। ਤੇ ਇਸ ਤੋਂ ਇਲਾਵਾ ਇਹ ਅਲਟੋ 800 ਦੇ ਆ। ਦੂਜੀ ਗੱਲ ਇਹ ਅਨਬ੍ਰੇਕੇਬਲ ਕੁਆਲਿਟੀ ਹੈ, ਵੀ ਟੁੱਟਦੇ ਨਹੀਂਗੇ, ਟੁੱਟਦੇ ਨਹੀਂ। ਤੇ ਇਹਨਾਂ ਦੇ ਵਿੱਚ ਆਂਦੇ ਸੀਗੇ ਪਹਿਲਾਂ ਸਿੰਪਲ ਪਲਾਸਟਿਕ ਵਾਲੇ, ਉਹ ਟੁੱਟ ਜਾਂਦੇ, ਪਟਾਕ ਦੇ ਪਟਾਕਾ ਪੈਂਦੇ ਜੇ ਕੋਈ ਹੱਥ ਰੱਖਦੇ ਥੇਲੀ ਵੀ। ਠੀਕ ਹੈ, ਵੀ ਤੁਸੀਂ ਐਂ ਸਮਝ ਲਓ ਵੀ ਮਰੂਤੀ ਕਾਰ ਦੇ 400 ਤੋਂ ਲੈ ਕੇ ਜਿਵੇਂ ਸਵਿਫਟ ਹੈ 500 ਦੇ ਵਿੱਚ ਵਿੱਚ ਮਿਲ ਜਾਣਗੇ। ਤੇ ਇਸ ਤੋਂ ਇਲਾਵਾ ਆਪਣੇ ਕੋਲ ਜਿਵੇਂ ਆਹ ਲਾਈਟਾਂ ਪਈਆਂ, ਕਿਹੜੀ ਗੱਡੀ ਦੀਆਂ? ਇਹ ਫੋਰਚੂਨਰ ਦੀ ਹੈੱਡਲਾਈਟ ਹੈ। ਫੋਰਚੂਨਰ ਦੀ ਹੈੱਡਲਾਈਟ ਆ? ਹਾਂਜੀ ਹਾਂਜੀ। ਤੇ ਇਹਨਾਂ ਦਾ ਕੀ ਪ੍ਰਾਈਸ ਰਹਿੰਦਾ ਆਪਣੇ ਕੋਲ ਵੀਰੇ? ਇਹ ਪ੍ਰਾਈਸ ਜੇ ਤੁਸੀਂ ਕੰਪਨੀ 'ਚ ਲੈਣ ਜਾਓਗੇ 60-70 ਹਜ਼ਾਰ ਰੁਪਏ ਦੀ ਇੱਕ ਹੈੱਡਲਾਈਟ ਹੈ। ਆਹ 60-70 ਹਜ਼ਾਰ ਦੀ ਇੱਕ ਹੈੱਡਲਾਈਟ ਹੈ, ਕਿਉਂਕਿ ਇਹ ਪ੍ਰੋਜੈਕਟਰ ਵਾਲੀ ਹੈੱਡਲਾਈਟ ਹੈ। ਪ੍ਰੋਜੈਕਟਰ ਆ ਰਿਹਾ, ਠੀਕ ਹੈ ਠੀਕ ਹੈ। ਇਹ ਤੁਹਾਨੂੰ ਆਪਾਂ ਬਹੁਤ ਜਾਇਜ਼ ਰੇਟ 'ਤੇ ਦੇ ਦਾਂਗੇ, 5500 ਰੁਪਏ ਦਾ ਪੀਸ ਦੇ ਦਾਂਗੇ। ਇੱਕ ਪੀਸ 5500 ਰੁਪਏ ਦਾ ਮਤਲਬ ਵੀ ਆਪਣੇ 11000 ਦੀ ਜੋੜੀ ਹੋ ਗਈ। 11000 ਦੀ ਜੋੜੀ ਬ੍ਰਾਂਡ ਨੂੰ, ਬ੍ਰਾਂਡ ਨੂੰ 11000 ਦੀ। ਤਾਈਵਾਨੀ ਮਾਲ ਹੈ, ਕੁਆਲਿਟੀ ਬੈਸਟ ਹੈ, ਬੈਸਟ ਕੁਆਲਿਟੀ। ਫੋਰਚੂਨਰ ਦੀ ਹੈੱਡਲਾਈਟ ਹੈ ਨਾ? ਹਾਂ ਹਾਂ। ਜੇ ਕਿਸੇ ਨੇ ਫੋਰਚੂਨਰ ਤਾਈਵਾਨ ਜਿਵੇਂ 10 ਮਾਡਲ ਤੋਂ 13 ਮਾਡਲ ਕਨਵਰਟ ਵੀ ਕਰਾਣੀ ਹੈ, ਉਹ ਵੀ ਬੜੇ ਜਾਇਜ਼ ਰੇਟ 'ਚ ਕਨਵਰਟ ਵੀ ਕਰਵਾਵਾਂਗੇ, ਸਮਾਨ ਵੀ ਦੇ ਦਾਂਗੇ ਜਿੱਥੋਂ ਮਰਜ਼ੀ ਅਗਲਾ ਕਨਵਰਟ ਕਰਾ ਲਈ। ਨਹੀਂ 10 ਮਾਡਲ, 10 ਤੋਂ 13 ਮਾਡਲ ਹਾਂ, ਉਹ 'ਚ ਸਮਾਨ ਸ਼ੇਪ ਹੋ ਜਾਂਦਾ, ਬਣ ਜਾਂਦੀ ਹੈ। ਉਹ 'ਚ ਸਮਾਨ ਇਹ ਬਦਲਣਾ ਪੈਂਦਾ, ਦੋਨੇ ਹੈੱਡਲਾਈਟਾਂ ਠੀਕ ਹੈ ਜੀ, ਬੋਰਨਟ, ਦੋਨੇ ਫੈਂਡਰ, ਫਰੰਟ ਗ੍ਰਿਲ, ਜਿਵੇਂ ਉਹ ਫਰੰਟ ਗ੍ਰਿਲ ਪਈ ਹੈ ਫੋਰਚੂਨਰ ਦੀ, ਠੀਕ ਹੈ ਜੀ, ਠੀਕ ਹੈ। ਆਹ ਸਮਾਨ ਬਦਲਣਾ ਪੈਂਦਾ ਵੀ ਕੁੱਲ ਮਿਲਾ ਕੇ, ਮੰਨ ਲਓ ਵੀ 50,000-60,000 ਦੇ ਅੰਦਰ ਬਾਰ ਗੱਡੀ ਟੋਪੋ ਟਾਪ ਹੋ ਜਾਂਦੀ ਹੈ, ਨਵੀਂ ਬਣ ਜੂਗੀ। ਵੀ 10 ਮਾਡਲ 13 ਮਾਡਲ ਬਣ ਜੂਗੀ 50,000 ਦੇ ਵਿੱਚ ਵਿੱਚ ਨਾ। ਤੇ ਇਸ ਤੋਂ ਇਲਾਵਾ ਆਪਣੇ ਕੋਲ ਹੋਰ ਕਿਹੜਾ ਕਿਹੜਾ ਸਮਾਨ ਮਿਲ ਜਾਂਦਾ? ਹੁਣ ਜਿਵੇਂ ਸ਼ੈਵਰਲੈਟ ਦੀ ਸਪਾਰਕ ਗੱਡੀ ਹੈ, ਇਹ ਉਹਦੀ ਹੈੱਡਲਾਈਟ ਹੈ, ਸ਼ੈਵਰਲੈਟ ਦੀ ਜੈਨੂਇਨ ਪੀਸ ਹੈ, ਠੀਕ ਹੈ। ਇਹ ਵੈਸੇ ਐਜ਼ ਅ ਸੈਂਪਲ ਦਿਖਾਤਾ ਵੀ ਸ਼ੈਵਰਲੈਟ ਦਾ ਕੋਈ ਕਹਿ ਦਿੰਦਾ ਵੀ ਸਮਾਨ ਨਹੀਂ ਮਿਲਦਾ, ਸਾਰਾ ਸਮਾਨ ਮਿਲੂਗਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਵੀ ਮੇਨ ਗੱਲ ਇਹ ਹੈ ਵੀ ਜਿਹੜੀਆਂ ਗੱਡੀਆਂ ਇੰਡੀਆ 'ਚ ਉਵੇਂ ਬੰਦ ਹੋਈ ਜਾਂਦੀਆਂ, ਉਹਨਾਂ ਦਾ ਵੀ ਆਪਣੇ ਕੋਲ ਪਾਰਟਸ ਮਿਲ ਜਾਂਦੇ ਹੈ ਨਾ। ਹਾਂ ਹਾਂ ਠੀਕ ਹੈ। ਇਹਨਾਂ ਦਾ ਕੀ ਪ੍ਰਾਈਸ ਰਹਿੰਦਾ? ਇਹ ਲਾਈਟ ਵੀਰੇ ਮੰਨ ਕੇ ਚਲੋ 1300 ਦਾ ਪੀਸ ਹੀ ਹੈ, ਊਂ ਤਾਂ ਇਹ ਬਹੁਤ ਮਹਿੰਗਾ ਪੀਸ ਹੈ, 1300 ਦੀ ਹੈੱਡਲਾਈਟ ਹੈ, ਸਪਾਰਕ ਦੇ ਡਿਸਪੋਜ਼ਲ ਵਾਲੇ ਵੀ ਨਹੀਂ ਦੇਣੀ ਦੇਣੀ, ਗਰੰਟੀ ਹੈ ਇਸ ਗੱਲ ਦੀ, ਠੀਕ ਹੈ ਜੀ। ਹਾਂ, ਲੋਕ ਡਿਸਪੋਜ਼ਲ ਵਾਲੇ ਭੱਜ ਲੈਂਦੇ ਆ ਵੀ ਉਹ ਸਸਤਾ ਮਿਲੂਗਾ, ਡਿਸਪੋਜ਼ਲ ਦਾ ਸਸਤਾ ਨਹੀਂ, ਨਵੇਂ ਨਾਲੋਂ ਮਹਿੰਗਾ ਲਾ ਦਿੰਦੇ ਰੇਟ। ਤੇ ਬਾਈ ਜਿਵੇਂ ਆਹ ਸਟੀਅਰਿੰਗ ਵੀਲ ਆ ਨਾ, ਸਟੀਅਰਿੰਗ ਵੀਲ ਵੀਰੇ ਸਪੋਰਟਸ ਗੱਡੀਆਂ ਦੇ ਹੁੰਦੇ ਆ ਇਹੋ ਜੇ, ਇਹ ਆਪਣੇ ਕੋਲੇ ਕਿਹੜੀ ਆਈਟਮ ਹੈ ਤੇ ਇਹਦਾ ਕੀ ਪ੍ਰਾਈਸ ਰਹਿੰਦਾ? ਸਟੀਅਰਿੰਗ ਵੀਲ ਵੀਰੇ ਜਿਵੇਂ ਮਰੂਤੀ, ਅਲਟੋ, ਛੋਟੀਆਂ ਗੱਡੀਆਂ ਵਾਸਤੇ ਹੈ, ਜਿਹੜੀ ਮਰਜ਼ੀ ਦੇ ਲਾ ਲਓ, 1300 ਰੁਪਏ ਦਾ ਪੀਸ ਹੈ, 1300 ਦਾ ਪੀਸ ਹੈ, ਕਿਸੇ ਮਰਜ਼ੀ ਗੱਡੀ ਦੇ ਲੱਗ ਜੂਗਾ। ਵੀ ਅਲਟੋ ਦੇ ਤੁਸੀਂ ਦੱਸਿਆ, ਸਵਿਫਟ ਦੇ ਵੀ ਲੱਗ ਜੂ ਹਨਾ? ਲੱਗ ਜੂਗਾ ਜੀ, ਲੱਗ ਜੂਗਾ ਜੀ, ਸਵਿਫਟ ਵੀ ਕਹਿੰਦਾ ਮਤਲਬ ਵਿਦਆਊਟ ਏਅਰ ਬੈਗ ਹੈ, ਸਿੰਪਲ ਹੈ, ਲੱਗ ਜੇਗਾ। 1300 ਦਾ ਇਹ ਤੁਸੀਂ ਸਟੀਅਰਿੰਗ ਵੀਲ ਦੱਸਿਆ, ਹਾਂ, ਕਈ ਵਾਰੀ ਇਹ ਮੰਗਵਾਉਣਾ ਹੋਵੇ ਇਹ ਵੀ ਪਹੁੰਚ ਜਾਂਦਾ? ਨਹੀਂ ਨਹੀਂ ਵੀਰੇ, ਚਾਹੇ ਤੁਸੀਂ ਇੱਕ ਆਈਟਮ ਲੈਣੀ, ਚਾਹੇ ਤੁਸੀਂ ਲੈਣੀ 10 ਆਈਟਮਾਂ, ਤੁਸੀਂ ਆਈਟਮ ਪੈਕ ਕਰਵਾ ਕੇ ਅਸੀਂ ਵੀ ਇਹ ਜੇ ਕਿਸੇ ਨੇ ਕਰੇ, ਡਿਲੀਵਰੀ ਛੁੱਡੀ ਹੈ, ਜੇ ਕੋਈ ਤੁਹਾਡਾ ਸਮਾਨ ਕੁਆਂਟੀਟੀ ਚਾਹੋ ਸਕਦਾ, ਤੁਹਾਨੂੰ ਡਿਲੀਵਰੀ ਅਸੀਂ ਫ੍ਰੀ ਕਰ ਦਈਏ। ਪੰਜਾਬ ਜਿੱਥੇ ਮਰਜ਼ੀ ਮੰਗਾਓ ਫ੍ਰੀ ਹੈ ਤੁਹਾਨੂੰ ਠੀਕ ਹੈ ਜੀ ਹਾਂ ਜੈਨੂਅਲ ਸਮਾਨ ਰੇਟ ਜਾਇਜ਼ ਤੇ ਮਿਲੂਗਾ ਵੀ ਜੇ ਕੰਪਨੀ ਤੁਹਾਡੀ ਸਰਵਿਸ 5000 ਚ ਹੁੰਦੀ ਹੈ 2500 ਰੁਪਏ ਚ ਤੁਹਾਡੀ ਬਾਹਰ ਸਮਾਨ ਦੀ ਸਰਵਿਸ ਦਾ ਪਾਰਟਸ ਸਾਰਾ ਜਾਇਜ਼ ਰੇਟ ਤੇ ਪਹ
ਬਾਕੀ ਆਪਾਂ ਬਾਈ ਹੋਰਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਾਂਗੇ, ਤੁਸੀਂ ਕੰਟੈਕਟ ਕਰਕੇ ਤੇ ਕੋਈ ਵੀ ਸਮਾਨ ਹੈ ਜਿਹੜਾ ਮੰਗਵਾ ਸਕਦੇ ਹੋ। ਤੇ ਹੋਰ ਆਪਣੇ ਕੋਲੇ ਕਿਹੜਾ ਕਿਹੜਾ ਸਮਾਨ ਹੈ? ਜਿਵੇਂ ਇਹ ਬਲੈਰੋ ਦਾ ਸਟੀਅਰਿੰਗ ਵੀਲ ਹੈ, ਥਾਰ ਤੇ ਬਹੁਤ ਡਿਮਾਂਡ ਆਈ ਦੀ ਗੱਡੀ, ਜਿਹੜੀ ਪੁਰਾਣੀ ਥਾਰ ਆ। ਹਾਂਜੀ ਹਾਂਜੀ, ਥਾਰ ਤੇ ਬਹੁਤ ਡਿਮਾਂਡ ਹੈ, ਇਹ ਮੰਗ ਰਹੇ ਹੈ ਕਿ ਕਹਿੰਦਾ ਮਤਲਬ ਜੈਨੂਨ ਪੀਸ ਹੈ ਮਹਿੰਦਰਾ ਵਾ। ਲੋਗੋ ਵੀ ਆਪਾਂ ਨੂੰ ਮਿਲ ਜੂਗਾ, ਹਾਂ ਵਿੱਚ ਹੀ ਲੱਗਿਆ ਲਗਾਈ।
ਇਹਦਾ ਕੀ ਪ੍ਰਾਈਸ ਰਹੂਗਾ? ਇਹਦਾ ਨੀਅਰ ਅਬਾਊਟ 2000 ਪ੍ਰਾਈਸ ਹੈ ਜੀ। 2000 ਰੁਪਏ ਪ੍ਰਾਈਸ ਹੈ। ਆਪਣੇ ਰੇਟ ਦੀ ਪੂਰੀ ਗਰੰਟੀ ਹੈ ਵੀ ਜੇ ਆਪਾਂ ਜਿਹੜਾ ਰੇਟ ਦੱਸੀ ਜਾਂਦੇ ਆ ਵੀ ਕਿਤੇ ਰੇਟ ਵੀ ਆਪਾਂ ਨੂੰ ਲੋਕ ਕਹੀ ਜਾਣ ਵੀ ਇਹ ਇਦੋਂ ਤਾਂ ਸਸਤਾ ਸਾਡੇ ਕੋਲੇ ਮਿਲ ਜਾਂਦਾ, ਉਹ ਗੱਲ ਤਾਂ ਹੈ ਨਹੀਂ, ਰੇਟ ਦੀ ਜ਼ਿੰਮੇਵਾਰੀ ਹੋਊਗੀ, ਰੇਟ ਦੀ ਪੂਰੀ ਜ਼ਿੰਮੇਵਾਰੀ ਆ। 2000 ਰੁਪਏ ਦਾ ਆਹ ਮਹਿੰਦਰਾ ਦੇ ਲੋਗੋ ਵਾਲਾ ਆਪਾਂ ਨੂੰ ਸਟੀਅਰਿੰਗ ਵੀਲ ਮਿਲ ਜੂਗਾ। ਠੀਕ ਹੈ ਬਾਈ ਜੀ, ਤੇ ਇਹ ਗ੍ਰਿੱਲਾਂ ਜਿਹੜੀਆਂ, ਇਹ ਗ੍ਰਿੱਲਾਂ ਕਿਹੜੀ ਕਿਹੜੀ ਗੱਡੀ ਦੀਆਂ ਆਪਣੇ ਕੋਲ? ਇਹ ਬ੍ਰੀਜ਼ਾ ਦੀ ਗ੍ਰਿੱਲ ਹੈ, ਇਹ ਰੇਂਜ ਰੋਵਰ ਟਾਈਪ ਗ੍ਰਿੱਲ ਹੈ, ਰੇਂਜ ਰੋਵਰ ਟਾਈਪ, ਹਾਂ ਠੀਕ ਹੈ। ਇਹ 1300 ਦਾ ਪੀਸ ਹੈ, 1300 ਦਾ ਇਹ ਪੀਸ ਹੈ। ਆਪਾਂ ਉਵੇਂ ਲਾ ਕੇ ਵੀ ਦਵਾਂਗੇ ਵਿੱਚ? ਨਹੀਂ, ਮੇਰੇ ਫਿਟਿੰਗ ਵਿੱਚ ਐਕਸਟਰਾ ਹੁੰਦੇ ਚਾਰਜਿੰਗ, ਕਿਉਂਕਿ ਬੰਪਰ ਕਈ ਵਾਰੀ ਖੁੱਲ੍ਹਾ ਕਰਨਾ ਪੈਂਦਾ। ਮੰਨ ਕੇ ਚੱਲੋ ਵੀ 200-300 ਰੁਪਏ ਜੋ ਵੀ ਫਿਟਿੰਗ ਦਾ ਹੋਊਗਾ ਜਾਇਜ਼, ਉਹ ਕਰਾ ਦਾਂਗੇ। ਨਹੀਂ ਉਵੇਂ ਨਹੀਂ ਵੀ ਕਿਸੇ ਨੇ ਫਿੱਟ ਕਰਾਉਣਾ ਹੋਵੇ, ਹਾਂ ਫਿੱਟ ਕਰਾਉਣਾ ਹੋਵੇ ਗੱਡੀ ਲੈ ਆਵੇ, ਅਸੀਂ ਫਿੱਟ ਕਰਵਾ ਦਾਂਗੇ, ਉਸ ਅਗਲੇ ਨੂੰ ਹਰਾਸ਼ਮੈਂਟ ਲੈਣ ਦੀ ਲੋੜ ਨਹੀਂ। 1300 ਦੀ ਇਹ ਕਿੰਨੇ ਦੱਸਿਆ ਤੁਸੀਂ? 1300 ਦੀ ਰੇਂਜ ਰੋਵਰ ਵਾਲੀ ਗ੍ਰਿੱਲ, ਬ੍ਰਿੱਜਾ ਗੱਡੀ ਦੀ, ਬ੍ਰਿੱਜਾ ਗੱਡੀ ਰੇਂਜ ਰੋਵਰ ਟਾਈਪ। ਹਾਂਜੀ, ਤੇ ਇਹ ਜਿਹੜੀ ਅਗਲੀ ਗ੍ਰਿੱਲ ਹੈ, ਇਹ ਫੋਰਚੂਨਰ ਟਾਈਪ 2 ਦੀ ਗ੍ਰਿੱਲ ਹੈ ਜੀ, ਇਹ ਟਾਈਪ 2 ਦੀ। ਠੀਕ ਹੈ, ਟਾਈਪ 1 ਦੀ ਗ੍ਰਿੱਲ ਹੈ, ਫੁੱਲ ਕਰੋਮ ਜੈਨੂਇਨ ਟਾਈਪ ਪੀਸ ਹੈ, ਲੋਗੋ ਵੀ ਨਾਲ ਹੀ ਮਿਲੂਗਾ। ਹਾਂਜੀ ਹਾਂਜੀ, ਤੇ ਇਹਦਾ ਕੀ ਪ੍ਰਾਈਸ ਰਹੂਗਾ ਆਪਣੇ ਕੋਲੇ? ਇਹਦਾ ਪ੍ਰਾਈਸ ਵੀਰੇ ਫਲਕਚੁਏਸ਼ਨ ਕਰਦਾ ਰਹਿੰਦਾ, ਕਿਉਂਕਿ ਚਲੋ ਤੁਸੀਂ ਐਸਟੀਮੇਟ 3500-4000 ਰੁਪਏ ਮੰਨ ਲਓ, 3500-4000 ਰੁਪਏ ਆਪਾਂ ਲਾ ਲਈਏ, ਹਾਂ ਹਾਂ, ਕਿਉਂਕਿ ਕਈ ਵਾਰੀ ਪਿੱਛੋਂ ਉਹ ਤਾਂ ਫਿਰ ਰੇਟ ਵੱਧਦੇ ਘੱਟਦੇ ਰਹਿੰਦੇ ਆ, ਉਹ ਡਾਲਰ ਦੇ ਹਿਸਾਬ ਨਾਲ ਸਿਸਟਮ ਹੁੰਦਾ, ਟਾਈਪਾਂ 2 ਆਈਟਮਾਂ ਆਉਂਦੀਆਂ, ਘੱਟਦੇ ਵੱਧਦੇ ਰਹਿੰਦੇ ਆ। ਠੀਕ ਹੈ ਜੀ, ਹਾਂਜੀ ਹਾਂਜੀ, ਇਹ ਤਾਂ ਆਪਾਂ ਹੁਣ ਮੋਟਾ ਮੋਟਾ ਸਮਾਨ ਦਿਖਾਤਾ ਹਨਾ, ਸਟੀਅਰਿੰਗ ਵੀਲ ਦਿਖਾਤੇ ਆਪਾਂ, ਹੈੱਡਲਾਈਟਾਂ ਦਿਖਾਤੀਆਂ, ਫੋਰਚੂਨਰ ਦੀ ਦਿਖਾਈ ਸੀ, ਸ਼ੈਵਰੇਲ ਦੀ ਦਿਖਾਈ ਸੀ ਉਹਦੀ, ਤੇ ਇਹ ਬ੍ਰਿੱਜਾ ਦੀ ਗ੍ਰਿੱਲ ਹੋ ਗਈ ਹਨਾ। ਹਾਂਜੀ ਹਾਂਜੀ, ਇਸ ਤੋਂ ਇਲਾਵਾ ਆਪਣੇ ਕੋਲੇ ਹੋਰ ਕਿਹੜਾ ਕਿਹੜਾ ਸਮਾਨ ਆ? ਐਜ਼ ਅ ਸੈਂਪਲ ਤੁਹਾਨੂੰ ਇੱਕ ਫੈਂਡਰ ਦਿਖਾ ਰਹੇ ਹਾਂ, ਬ੍ਰਿੱਜਾ ਗੱਡੀ ਦਾ ਫੈਂਡਰ ਹੈ, ਠੀਕ ਹੈ ਜੀ, ਮਗਰਾੜ ਕਹਿ ਦਿੰਦੇ ਜਿਹਨੂੰ ਪੱਲਾ ਕਹਿ ਦਿੰਦੇ ਆ। ਇਹ ਤੁਹਾਨੂੰ ਤਕਰੀਬਨ ਸਾਰੀ ਗੱਡੀਆਂ ਅਵੇਲੇਬਲ ਮਿਲਣਗੇ, ਸਾਰੀਆਂ ਗੱਡੀਆਂ ਦੇ ਮਿਲ ਜਾਣਗੇ, ਹਾਂ ਹਾਂ, ਚਾਹੇ ਖੱਬਾ ਹੋਵੇ ਸੱਜਾ ਹੋਵੇ ਜਿਹੜੀ ਮਰਜ਼ੀ ਗੱਡੀ ਹੋਵੇ, ਤੁਹਾਨੂੰ ਐਟਮ ਤਕਰੀਬਨ ਮਿਲੂ। ਇਹ 'ਚ ਬ੍ਰਿੱਜਾ 'ਚ ਵੀ 2 ਮੋਡ ਆਉਂਦੇ, ਇੱਕ ਹੋਲ ਵਾਲਾ, ਇੱਕ ਵਿਦਆਊਟ ਹੋਲ, ਇਹ ਵਿਦਆਊਟ ਹੋਲ ਵਾਲਾ ਮਾਡਲ ਹੈ। ਜੈਪੀ ਇਹਦਾ ਪ੍ਰਾਈਸ ਕਿੰਨਾ ਕੁ ਰਹਿੰਦਾ ਬਾਈ? ਇਹਦਾ ਪ੍ਰਾਈਸ ਵੀਰੇ ਨੀਅਰ ਅਬਾਊਟ 1850 ਰੁਪਏ ਹੈ, 1850 ਰੁਪਿਆ ਇਹਦਾ ਪ੍ਰਾਈਸ ਰਹੂਗਾ ਹਨਾ। ਤੇ ਹਰੇਕ ਗੱਡੀ ਦਾ ਤੁਸੀਂ ਆਖਿਆ ਵੀ ਆਪਣੇ ਕੋਲੇ ਮਿਲ ਜਾਂਦਾ। ਹਾਂਜੀ ਹਾਂਜੀ, ਤੇ ਇੱਕ ਗੱਲ ਉਵੇਂ ਆ ਹਨਾ, ਜਿਵੇਂ ਤੁਸੀਂ ਆਪਾਂ ਨੂੰ ਇਹ ਮੋਟਾ ਮੋਟਾ ਸਮਾਨ ਵਿਖਾਇਆ, ਹਾਂਜੀ ਵੀਰੇ, ਹਾਂਜੀ, ਤੇ ਆਪਣੇ ਕੋਲੇ ਛੋਟੇ ਤੋਂ ਛੋਟਾ ਸਮਾਨ ਕੀ ਮਿਲਦਾ ਗੱਡੀਆਂ ਦਾ, ਤੇ ਵੱਡੇ ਤੋਂ ਵੱਡਾ ਕੀ ਮਿਲਦਾ ਸਮਾਨ ਵੀਰੇ? ਹੁਣ ਜਿਵੇਂ ਤੁਸੀਂ ਆਸੇ ਪਾਸੇ ਨਿਗਾਹ ਮਾਰ ਲਓ, ਕੋਈ ਵੀ ਬਾਹਰ ਮੰਨ ਲਓ ਗੱਡੀ ਖੜੀ ਹੈ, ਤੁਸੀਂ ਉਹਦੀ ਆਈਟਮ ਦੱਸੋ ਵੀ ਆਹ ਆਈਟਮ ਚਾਹੀਦੀ, ਫਿਰ ਮਜ਼ਾ ਆਉਂਦਾ। ਆਪਦੇ ਮੂੰਹ ਕਹੀ ਮੈਂ ਸਾਰਾ ਕੁਝ ਦੇ ਦੂੰਗਾ, ਉਹ ਮਜ਼ਾ ਨਹੀਂ ਆਉਂਦਾ। ਅਗਲਾ ਇਨਕੁਆਇਰੀ ਪਾਵੇ ਵਟਸਐਪ ਤੇ, ਮੰਨ ਲਓ ਤੁਹਾਡੇ ਤੇ ਨੰਬਰ ਵੇਖਣਗੇ ਮੇਰਾ ਫੋਨ ਤੇ, ਵਟਸਐਪ ਦੀ ਇਨਕੁਆਇਰੀ ਛੱਡ ਦੇ, ਅਗਲੇ ਨੂੰ ਵਟਸਐਪ ਦੀ ਆਪਾਂ ਨੂੰ ਕਹਿਣਾ ਮਤਲਬ ਵੀ ਜਿਹੜਾ ਸਮਾਨ ਚਾਹੀਦਾ ਉਹ ਆਪਾਂ ਨੂੰ ਮਿਲ ਜੂਗਾ। ਜਿਵੇਂ ਬ੍ਰਿੱਜਾ ਗੱਡੀ ਖੜੀ ਆ, ਉਹ ਸਾਹਮਣੇ ਟੇਲ ਲਾਈਟ ਟੁੱਟੀ ਵੀ ਹੈ, ਟੇਲ ਲਾਈਟ ਹੁਣੇ ਦੇ ਦਾਂਗੇ ਜੇ ਚਾਹੀਦੀ ਹੈ। ਫੋਰਡ ਫਿਗੋ ਦਾ ਜੈਨੂਨ ਫੋਰਡ ਦਾ ਰੀਅਰ ਬੰਪਰ ਹੈ, ਠੀਕ ਹੈ, ਬਕਾਇਦਾ ਇੱਥੇ ਆ ਦੇਖੋ ਸਟੈਂਪ ਵੀ ਲੱਗੀ ਹੋਈ ਹੈ, ਆ ਦਿਖਾ ਦੋ, ਠੀਕ ਹੈ ਜੀ, ਫੋਰਡ ਦਾ ਪਾਰਟਸ ਨਹੀਂ ਲੱਭਿਆ ਮਿਲਦਾ, ਜੈਨੂਨ ਬੰਪਰ ਹੈ, 100% ਓਰੀਜਨਲ ਦੀ ਗਰੰਟੀ ਹੈ। ਪਿੱਛੇ ਵਾਲਾ ਬੰਪਰ ਹੈ ਇਹ, ਫੋਰਡ ਫਿਗੋ ਦਾ ਦੱਸਿਆ ਬਾਈ? ਹਾਂਜੀ ਹਾਂਜੀ, ਫੋਰਡ ਫਿਗੋ ਦਾ, ਠੀਕ ਹੈ, ਆ ਫੋਰਡ ਫੈਸਟਾ ਗੱਡੀ ਦਾ ਫਰੰਟ ਬੰਪਰ ਹੈ। ਇਹ ਉਹ ਗੱਡੀਆਂ ਦੇ ਹੈਗੇ ਆ ਬੰਪਰ ਜਿੰਨਾ ਜਿਹੜੀਆਂ ਇੰਡੀਆ ਦੇ ਵਿੱਚ ਹੁਣ ਬੰਦ ਹੋ ਗਈਆਂ, ਸਮਾਨ ਉਹਨਾਂ ਦਾ ਕਿਤੋਂ ਮਿਲਦਾ ਨਹੀਂ। ਦੂਜੀ ਗੱਲ, MRP ਦਾ ਸਟicker ਉੱਤੇ ਮਿਲੂਗਾ ਜੀ, ਉਹ ਕੰਮ ਨਹੀਂ ਹੈਗਾ, ਠੀਕ ਹੈ ਜੀ, ਅਗਲਾ ਲੁੱਟ ਪੋਚ ਵਾਲਾ ਕੰਮ ਕਰ ਦਿੰਦਾ ਹੈ। ਹੁਣ ਜੇ 3018 MRP ਹੈ, ਸਾਨੂੰ ਥੋੜੇ ਲੈਸ ਤੇ ਆਇਆ ਵਾ ਜੀ, ਮੰਨ ਲਓ 4-5% ਲੈਸ ਤੇ ਆਇਆ ਵਾ, 3000 ਦਾ ਹੀ ਦੇਵਾਂਗੇ ਜੀ, ਕਹਿਣ ਦਾ ਮਤਲਬ ਵੀ ਜੈਨੂਨ ਮਾਰਜਨ ਵਾਲਾ ਕੰਮ ਨੇ। 3000 ਦਾ ਆਪਾਂ ਨੂੰ ਬੰਪਰ ਮਿਲ ਜੂ, ਇਹ ਕਿਹੜੀ ਗੱਡੀ ਦਾ ਦੱਸਿਆ ਤੁਸੀਂ? ਫੋਰਡ ਫਿਸਟਾ ਦਾ, ਆ ਦੇਖੋ ਫੋਰਡ ਦੀ, ਫੋਰਡ ਫਿਸਟਾ, ਫੋਰਡ ਦਾ ਲੋਗੋ ਵੀ ਲੱਗਿਆ ਉੱਤੇ ਪੂਰਾ। ਬਾਕੀ ਬਾਈ ਜਿਹੜਾ ਬੰਦਾ ਆਊਗਾ ਕੁਆਲਿਟੀ ਦਾ ਚੈੱਕ ਕਰੂਗਾ ਹੀ ਆ। ਹਾਂਜੀ ਹਾਂਜੀ, ਹੈਨਾ, ਤੇ ਬਹੁਤ ਸਾਰੇ ਆਪਣੇ ਵੀਰ ਹੁੰਦੇ ਐਸੇ ਡਰ ਮਾਰੇ ਇਹ ਗੱਡੀਆਂ ਨਹੀਂ ਖਰੀਦਦੇ ਵੀ ਇਹਨਾਂ ਦਾ ਸਮਾਨ ਤਾਂ ਕਿਤੋਂ ਮਿਲਣਾ ਨਹੀਂ। ਕਰੂਜ਼ ਦਾ ਫਰੰਟ ਬੰਪਰ ਹੈ, ਲਓ ਜੀ, ਕਰੂਜ਼ ਦਾ ਵੀ ਮਿਲ ਗਿਆ, ਕਰੂਜ਼ ਤਾਂ ਇਹ ਵੀ ਜੀ, ਕਰੂਜ਼ ਦਾ ਟਾਈਪ 2, ਟਾਈਪ 2 ਦਾ ਕਨਵਰਟ ਕਰਾਣੀ ਹੋਵੇ, ਕਨਵਰਟ ਵੀ ਹੋ ਜੂ ਆਪਣੇ। ਹਾਂ ਹਾਂ ਹਾਂ, ਠੀਕ ਹੈ, ਲਓ ਜੀ, ਇਹ ਇਹੋ ਜੀ ਗੱਡੀ ਦਾ ਬੰਪਰ ਹੈ ਜਿਹੜਾ ਕਿਤੋਂ ਲੱਭਿਆ ਨਹੀਂ ਇੱਥੋਂ ਦਾ।
ਤੇ ਇਹ ਟਾਈਪ 2 ਦੇ ਵਿੱਚ ਜਿਹਨੇ ਕਨਵਰਟ ਕਰਾਉਣੀ ਹੋਵੇ ਇੱਥੋਂ ਆਪਾਂ ਨੂੰ ਮਿਲ ਜੂਗਾ ਬਾਂਸਲ ਕਾਰ ਬਾਂਸਲ ਮੋਟਰ ਸਟੋਰ ਜੈਤੋਂ ਦੇ ਉੱਤੋਂ। ਹਾਂਜੀ ਹਾਂਜੀ। ਤੇ ਇਹਦਾ ਕੀ ਪ੍ਰਾਈਸ ਰਹੂਗਾ ਵੀਰੇ? ਵੀਰੇ ਇਹਦਾ ਪ੍ਰਾਈਸ ਹੈ 4800 ਰੁਪਏ ਕ੍ਰਾਈਸ ਟਾਈਪ 2 ਦਾ। ਜੇ ਆਪਾਂ ਟਾਈਪ 1 ਪਾਣੇ ਉਹ ਹੈਗਾ 2600-2700 ਰੁਪਏ। ਟਾਈਪ 1 ਦਾ ਹੈਗਾ 2600-2700, ਟਾਈਪ 2 ਦਾ ਹੈਗਾ 4800 ਰੁਪਿਆ। ਠੀਕ ਹੈ ਜੀ। ਤੇ ਇੱਕ ਬਾਈ ਤੁਸੀਂ ਆਪਾਂ ਨੂੰ ਦੱਸਿਆ ਸੀ ਹਨਾ ਵੀ ਜਿਵੇਂ ਤੁਸੀਂ ਸਵਿਫਟ ਦੀ ਗੱਲ ਕਰਦੇ ਸੀ ਵੀ ਅਸੀਂ ਸਵਿਫਟ ਵੀ ਮੰਨ ਲਓ ਜੇ ਤੁਹਾਡੀ ਮੰਨ ਲਓ ਕੋਈ ਵੀ ਸਵਿਫਟ 11-12 ਮਾਡਲ ਹੈ ਉਹਨੂੰ ਟਾਈਪ 2 ਹੈ ਜਿਵੇਂ ਤੁਹਾਨੂੰ ਮੈਂ ਦਿਖਾਉਣ ਲੱਗ ਪਿਆ ਉਹ ਗੱਡੀ ਆ ਰਹੀ ਹੈ ਜਿਵੇਂ ਉਹ ਗੱਡੀ ਸਵਿਫਟ ਆਈ ਜਾਂਦੀ ਹੈ ਨਾ ਇਹਨੂੰ ਆਪਾਂ ਨਵੇਂ ਮਾਡਲ 'ਚ ਕਨਵਰਟ ਕਰਨੀ ਹੈ ਜਿਹ 'ਚ ਸਿਲਵਰ ਵਾਲੇ ਫੋਗ ਲੈਂਪ ਕਵਰ ਆਏ ਹੈ। ਠੀਕ ਹੈ। ਤਕਰੀਬਨ 5000 ਰੁਪਏ ਵਿਦ ਲੇਬਰ ਕੋਸਟ ਹੋ ਜਾਂਦੀ ਹੈ 3500 ਆਸਮਾਨ 1500 ਰੁਪਏ ਲੇਬਰ 5000 ਰੁਪਏ 'ਚ ਕਨਵਰਟ ਹੋ ਜਾਂਦੀ ਹੈ ਵੀ ਆਹ ਗੱਡੀ ਨੂੰ ਅਪਡੇਟ ਕਰਾਉਣਾ ਹੋਵੇ ਫਰੰਟ ਤੋਂ ਕਨਵਰਟ 5000 ਦੇ ਲਮਸਮ 5000 ਰੁਪਏ ਨੈਟ ਤੁਸੀਂ ਕੋਈ ਗੱਡੀ ਲੈ ਆਓ ਛੱਡ ਜਾਓ ਮੇਰੇ ਕੋਲੇ ਤੇ ਸ਼ਾਮ ਨੂੰ ਗੱਡੀ ਲੈ ਆਇਓ ਸੁਬਾ ਛੱਡ ਜਾਓ ਸ਼ਾਮ ਨੂੰ ਗੱਡੀ ਲੈ ਆਇਓ। ਠੀਕ ਹੈ ਜੀ। 5000 ਦੇ ਵਿੱਚ ਆਪਾਂ ਨਵੀਂ ਗੱਡੀ 11 ਵਜੇ ਤੁਸੀਂ ਫੋਨ ਕਰਕੇ ਆਇਓ ਬਈ ਗੱਡੀ ਲੈ ਕੇ ਆ ਰਹੇ ਆ ਸ਼ਾਮ ਨੂੰ ਤੁਹਾਨੂੰ ਗੱਡੀ ਦੇ ਕੇ ਤੋਰ ਦਾਂਗੇ 4 ਵਜੇ ਵੀ ਸਰਵਿਸ ਵੀ ਪੂਰੀ ਫਾਸਟ ਆਪਣੀ। ਹਾਂ ਹਾਂ। ਤੇ ਬਾਈ ਜੀ ਇਹ ਬੰਪਰ ਜਿਹੜਾ ਪਿਆ ਇਹ ਕਿਹੜੀ ਕਾਰ ਦਾ? ਵੀਰੇ ਇਹ ਸੈਲਟੋਸ ਗੱਡੀ ਦਾ 2021-22 ਮਾਡਲ ਦਾ ਫਰੰਟ ਬੰਪਰ ਹੈ। ਇਹ ਅਪਰ ਪਾਰਟ ਹੈ ਇਹ ਲੋਅਰ ਪਾਰਟ ਹੈ ਇਹ ਤਿੰਨ ਪਾਰਟਾਂ ਜਾਂਦਾ ਅਪਰ ਲੋਅਰ ਤੇ ਇੱਕ ਇਹਦਾ ਪਾਰਟ ਉਤਲਾ ਕਿੰਨੇ ਪਾਰਟ ਪਏ ਆ ਇਹ ਵੀ ਪਈ ਹੈ ਉਤਲੀ ਜਿਹੀ ਲੱਗਣ ਵਾਲੀ ਹੈ। ਤੇ ਇਹਦਾ ਪ੍ਰਾਈਸ ਕੀ ਰਹੂਗਾ ਆਪਣਾ? ਇਹਦਾ ਆ ਫੋਕ ਕਵਰ ਹੈ ਫੋਕ ਕਵਰ ਆ ਗਿਆ ਹਨਾ। ਹਾਂਜੀ ਹਾਂਜੀ ਇੱਥੇ ਲੱਗ ਜੂਗਾ ਇਹਦਾ। ਹਾਂਜੀ ਇਹ ਜ਼ਰੂਰੀ ਨਹੀਂ ਪਤਾ ਕੀ ਪ੍ਰਾਈਸ ਦੀ ਗੱਲ ਆਏ ਵੀ ਕਿਸੇ ਦਾ ਜ਼ਰੂਰੀ ਥੋੜ੍ਹੀ ਸਾਰੀ ਦੀ ਸਾਰੀ ਟੁੱਟੇ ਆ ਕਿਸੇ ਨੂੰ ਇਕੱਲਾ ਪਾਰਟ ਥੱਲਾ ਚਾਹੀਦਾ ਉਹ ਮਿਲ ਜੂਗਾ ਉਤਲਾ ਚਾਹੀਦਾ ਉਹ ਮਿਲ ਜੂਗਾ ਇਕੱਲਾ ਕਵਰ ਚਾਹੀਦਾ ਉਹ ਮਿਲ ਜੂਗਾ ਐਡੋ ਐਡ ਵੀ ਹੋ ਜਾਂਦਾ ਹੈ। ਹਾਂ ਹਾਂ ਇਹ ਨਹੀਂ ਇਹ ਲੋਅਰ ਪਾਰਟ ਹੈ ਇਹ ਅਪਰ ਪਾਰਟ ਹੈ। ਠੀਕ ਹੈ। ਹਾਂ ਤਾਂ ਵੀ ਮੋਟਾ ਮੋਟਾ ਜੇ ਕੰਪਲੀਟ ਦਾ ਪ੍ਰਾਈਸ ਦੀ ਗੱਲ ਕਰੀਏ ਆਪਾਂ ਕੰਪਲੀਟ ਪ੍ਰਾਈਸ ਦੀ ਗੱਲ ਕਰੀਏ ਤਾਂ ਆਪਾਂ ਆਹ ਦੋ ਪਾਰਟ ਜਿਵੇਂ ਮੋਟਾ ਮੋਟਾ 6500 ਦੀ ਰੇਂਜ ਹੈ। ਠੀਕ ਹੈ ਜੀ। ਹਾਂ ਹਾਂ ਹਾਂ। ਤੇ ਲਓ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਾਰਾਂ ਦੇ ਮੇਨ ਤੌਰ ਤੇ ਬੰਪਰ ਵਿਖਾਏ ਸੀ ਹਨਾ ਤੇ ਹੋਰ ਵੀ ਕੋਈ ਨਿੱਕੀਆਂ ਮੋਟੀਆਂ ਚੀਜ਼ਾਂ ਦਿਖਾਈਆਂ ਸੀਗੀਆਂ ਕਾਰਾਂ ਦੇ ਲਗਭਗ ਸਾਰੇ ਪਾਰਟ ਹੈ ਜਿਹੜੇ ਆਹ ਜਿਹੜੀ ਸ਼ੋਪ ਹੈ ਬਾਂਸਲ ਮੋਟਰ ਸਟੋਰ ਜੈਤੋਂ ਦੇ ਵਿੱਚ ਬਾਕੀ ਐਡਰੈਸ ਬਾਈ ਨੇ ਦੱਸਤਾ ਸੀ ਨੰਬਰ ਵੀ ਤੁਹਾਨੂੰ ਸਕਰੀਨ 'ਤੇ ਮਿਲ ਜੂਗਾ। ਬਹੁਤ ਹੀ ਘੱਟ ਰੇਟਾਂ ਦੇ ਵਿੱਚ ਕਾਰਾਂ ਦੇ ਪਾਰਟ ਇੱਥੋਂ ਮਿਲ ਜਾਂਦੇ ਆ। ਕੋਈ ਵੀ ਕਾਰ ਹੋਵੇ ਤੁਸੀਂ ਕਾਲ ਕਰਕੇ ਇਹਨਾਂ ਨੂੰ ਪੁੱਛ ਸਕਦੇ ਹੋ ਘਰੇ ਬੈਠ ਕੇ ਬੈਠੇ ਬੈਠੇ ਵੀ ਮੰਗਵਾ ਸਕਦੇ। ਹਾਂਜੀ ਵੀਰੇ। ਹਾਂਜੀ। ਤੇ ਹੁਣ ਆਪਾਂ ਜਿਹੜੀ ਦੂਜੇ ਪਾਰਟ ਰਹਿ ਗਏ ਆ ਕਿਉਂਕਿ ਵੀਡੀਓ ਲੰਮੀ ਹੋ ਰਹੀ ਸੀ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਤੇ ਹੁਣ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਤੇ ਜੇ ਆਪਣੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ।